ਜਦੋਂ ਮੁੰਡਾ ਬੋਕਲ ਚੱਕਿਆ ਹੁੰਦਾ 21,000 ਮੰਗਦੇ ਹੁੰਦੇ ਆ ਜਦੋਂ ਲੋਰੀ ਦਿੰਦੇ ਉਹ ਕੋਈ ਨੀ ਉਹ ਨੀ ਹੁਣ ਤੇਰੇ ਹੋਵੇ ਪੋਤਾ ਅਸੀਂ ਮੁਫ਼ਤ ਖਾਣਾ ਲਾ ਕੇ ਜਾਵਾਂਗੇ ਇੱਕ ਬੱਕਰੀ ਦੋ ਮੇਮਣੇ ਵਾਲੀ ਫ੍ਰੀ ਵਾਜੀ ਵਾ ਤੇਰੇ ਪੋਤਾ ਹੀ ਹੋਊ ਫਿਰ ਆ ਵੀਡੀਓ ਬਣਦੀ ਬਸ ਠੀਕ ਹੈ ਇਹਨਾਂ ਨੂੰ ਬੁਲਾਵਾਂਗੇ ਜਿਹੜੀ ਨੂੰ ਮਰਜ਼ੀ ਹੱਥ ਲਾ ਦੀ ਘਰੇ ਖੜੀਆਂ ਚ ਵੀ ਆ ਲੈ ਜਾਣੀ ਉਹਨਾਂ ਨੂੰ ਮਿਲੂ ਦੋ ਮੇਮਣੇ ਵਾਲੀ ਕਿਤੇ ਤੂੰ ਕਹਿੰਦੇ ਮੈਨੂੰ ਦੇ ਉਹਨਾਂ ਨੂੰ ਦੇ ਦੀ ਬਾਬਾ ਪਸੰਦ ਕਰ ਫੇਰ ਨਾ ਦੋ ਦਿਨ ਹਜੇ ਤਾਂ ਧੀ ਘਰੇ ਆ ਬਾਪ ਦੇ ਨਾ ਕੋਈ ਗੱਲ ਨੀ ਘਰੇ ਆਲੂ ਵਿਆਹ ਭਰ ਕੇ ਛੱਡਤੀ ਮੈਂ ਕੀ ਕਰੂੰਗਾ ਬਾਬਾ ਕੋਈ ਚੱਕਰ ਨੀ ਹੋਰ ਕੀ ਦਿਖਾਵਾਂ ਕੁੜੀਏ ਭਾਈ ਠੀਕ ਹੈ ਹੈ ਦੇਖ ਮੈਂ ਕੀ ਆ ਤਾਂ ਦੱਸ ਦੇ ਹਾਂ ਫੇਰ ਤਾਂ ਸਾਡੇ ਕੋਲੇ ਆ ਭਾਈ ਦੇਖ ਗੱਲ ਸੁਣ ਰੱਬ ਵਿਚਾਰੇ ਸਮਾਨ ਆ ਦੋ ਮਿੰਟ ਮੇਰਾ ਕੋਈ ਸਿਖਾਇਆ ਨੀ ਹੋਇਆ ਕੋਈ ਜ਼ਰੂਰੀ ਉਹਨੂੰ ਲੈਣੀ ਨੀ ਤੀ ਮੈਂ ਤਾਂ ਮੇਲਾ ਹੈ ਸਹੀ ਗੱਲ ਹੈ ਕਹਿੰਦਾ ਇਹ ਬਾਬੇ ਦਾ ਥੜਾ ਇੱਕ ਬਾਗਿਆ ਦੂਜਾ ਖੜਾ ਬਾਬਾ ਜੀ ਦੇ ਡੇਰੇ ਜਾਊਗੀ ਠੀਕ ਹੈ ਜੀ ਇਹ ਵੀ ਤੇਰੇ ਚੰਗੇ ਪੈਸੇ ਕਿਤੇ ਠਿਕਾਣੇ ਲੱਗਣ ਠੀਕ ਹੈ ਜੀ ਇਹਨਾਂ ਦਾ ਦਿੱਤਾ ਹੱਥ ਦਾ ਦਾਨ ਬਹੁਤ ਕੰਮ ਕਰੂਗਾ ਠੀਕ ਹੈ ਰਾਜੂ ਕਿੰਨੇ ਮੰਗੇ ਨੇ ਤੁਸੀਂ 16,000 ਜੀ 16 ਮੈਂ ਉਹਨੂੰ ਦੱਸਤਾ ਠੀਕ ਹੈ ਜੀ ਉਹ ਬਹੁਤ ਥੱਲੇ ਹੱਦ ਤੋਂ ਵੀ ਥੱਲੇ ਕਹਿੰਦੇ ਨੇ ਕਿਉਂ ਕਦੇ ਮੇਮਨੀ ਬੱਕਰੀ ਖਰੀਦੀ ਨਹੀਂ ਠੀਕ ਹੈ ਜੀ ਪਹਿਲੀ ਵਾਰ ਆਪਣੀ ਵੀਡੀਓ ਨੂੰ ਦੇਖ ਕੇ ਉਹ ਵੀ ਬਾਬੇ ਆਸ਼ਕ ਹੋਏ ਨੇ ਨਹੀਂ ਚਲੋ ਠੀਕ ਹੈ ਵੀ ਰੱਬ ਦਾ ਨਾ ਹੁਣ ਆਪਾਂ ਇੱਧਰ ਨੂੰ ਵੀ ਲੈ ਲਈਏ ਠੀਕ ਹੈ ਜੀ ਕਹਿੰਦਾ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਿ ਗਈ ਇਕੱਲੀ ਵੀ ਹਰੇਕ ਰੀਸ ਕਰਨ ਲੱਗਤਾ ਜਾਂਦਾ ਹੀ ਹੈ ਪਿਛੇ ਨੂੰ ਹੋ ਜਾਏ ਸਦੀਕ ਵੀ ਆਪਾਂ ਹਿਸਾਬ ਜਿਹਾ ਪੱਠ ਦੱਸੋ ਕਿੰਨੇ ਦੀ ਦੇਣੀ ਤੁਸੀਂ ਬੋਲੋ ਜੀ ਕੋਈ ਨੀ ਆਪਾਂ ਦੱਸ ਦਾਂਗੇ ਰਾਜੂ ਬਾਬਾ ਤਾਂ ਕਹਿੰਦਾ ਹੁਣ ਇਹਨਾਂ ਕਦੇ ਖਰੀਦੀ ਨਹੀਂ ਕਹਿੰਦਾ 8,000-7,000 ਦੀ ਲੈ ਨਹੀਂ ਬਾਬਾ ਮੈਨੂੰ ਕਹਿੰਦੇ ਨੂੰ ਸੰਗ ਆਉਂਦੀ ਹੈ ਤੈਨੂੰ ਨਹੀਂ ਨਹੀਂ ਜਦੋਂ ਮੁੰਡਾ ਬੋਕਲ ਜੀ ਚੱਕਿਆ ਹੁੰਦਾ ਪਰ ਮੈਂ ਨਹੀਂ ਕਹਿੰਦਾ ਹੁਣ ਮੈਂ ਮੇਰੇ ਕਾਨੂੰਨ ਨਾਲ ਝਗੜੂੰਗਾ 21,000 ਮੰਗਦੇ ਹੁੰਦੇ ਆ ਜੋ ਲੋਰੀ ਦਿੰਦੇ ਉਹ ਕੋਈ ਨਹੀਂ ਉਹ ਨਹੀਂ ਹੁਣ ਲੋਕ ਐ ਨਹੀਂ ਕਹਦੋ ਨਾ ਹੁਣ ਦੇਣ ਵਾਟ ਗਿਆ ਇੰਨਾ ਨਹੀਂ ਹਰੇਕ ਕਹਿੰਦਾ ਜੇ ਮੁੰਡਾ ਬਾਬਾ ਜੀ ਵੀ ਹੁਣ ਸਮਝ ਨਾਲ ਲੈਣ ਲੱਗ ਗਏ ਪੈਸੇ ਇੰਨਾ ਧੱਕਾ ਨਹੀਂ ਕਰਦੇ ਸੁਣਦੇ ਰਹਿੰਦੇ ਆ ਗੱਲਾਂ ਗਰੀਬ ਅਮੀਰ ਨੂੰ ਦੇਖਦੇ ਨੇ ਬਾਬੇ ਵੀ ਨਾ ਵਿਚਾਰਾ ਨਹੀਂ ਦੇਖਦੇ ਰਾਮਪੁਰੇ ਵਾਲੇ ਸਾਡੇ ਤਾਂ ਦੇਖਦੇ ਨੇ ਬਾਬੇ ਫੋਜਲ ਕੇ ਬੋਰ ਵਾਲੇ ਸਾਡੇ ਆ ਹੀ ਨਹੀਂ ਦੇਖਦੇ ਤੂੰ ਐ ਕਰੀ ਤੇਰੇ ਹੋਵੇ ਪੋਤਾ ਅਸੀਂ ਮੁਫਤ ਖਾਣਾ ਲਾ ਕੇ ਜਾਵਾਂਗੇ ਨਹੀਂ ਮੁਫਤ ਨਹੀਂ ਲਵਾਉਂਦੇ ਜਿੰਨੇ ਮੰਗ ਲਓ ਨਾ ਮੈਂ ਵੀ ਆਉਂਗਾ ਨਾਲੇ ਸਦੀਕ ਆ ਜੇ ਚਲਾ ਮੁਹੰਮਦ ਸਦੀਪ ਹੀ ਲਾਭ ਹੀ ਰਵੀ ਇੱਕ ਬੱਕਰੀ ਦੋ ਮੇਮਣੇ ਵਾਲੀ ਫ੍ਰੀ ਵਾਜੀ ਵਾ ਤੇਰੇ ਪੋਤਾ ਹੀ ਹੋਊ ਫਿਰ ਆ ਵੀਡੀਓ ਬਣਦੀ ਹੈ ਬਸ ਠੀਕ ਹੈ ਇਹਨਾਂ ਨੂੰ ਬੁਲਾਵਾਂਗੇ ਜਿਹੜੀ ਨੂੰ ਮਰਜ਼ੀ ਹੱਥ ਲਾ ਦੀ ਘਰੇ ਖੜੀਆਂ ਚ ਵੀ ਆ ਜਾਣੀ ਤੇਰੇ ਵਾਲਿਆਂ ਨੂੰ ਤਾਂ ਤੇਰੀ ਅੱਡ ਤੇ ਹੀ ਰਸਤਾ ਅਸੀਂ ਕਹਿੰਦੇ ਵੀ ਸਾਡੇ ਇਹ ਫੈਨ ਨੇ ਅਸੀਂ ਤੇਰੇ ਉਹ ਜਿਹਦੇ ਉਹ ਆਇਆ ਗਿਫਟ ਲੈਣ ਉਹਨਾਂ ਨੂੰ ਮਿਲੂ ਦੋ ਮੇਮਣੇ ਵਾਲੀ ਕਿਤੇ ਤੂੰ ਕਹਿੰਦੇ ਮੈਨੂੰ ਦੇ ਦੇ ਉਹਨਾਂ ਨੂੰ ਦੇ ਦੀ ਤੈਨੂੰ ਉਮਾਨ ਕਰ ਦੂੰ ਮੈਨੂੰ ਉਮਾਨ ਇਹਨਾਂ ਨੂੰ ਦੇਵੇਂਗਾ ਮੈਂ ਵੀ ਤੁਹਾਨੂੰ ਸਪੈਸ਼ਲ ਬੁਲਾ ਕੇ ਗਿਫਟ ਦੇਊਗਾ ਲੈ ਗੱਲ ਸੁਣ ਆਪਾਂ ਹੱਸਲੇ ਖੇਡ ਲੈ ਠੀਕ ਹੈ ਪੱਠ ਦੇ ਤੂੰ ਪੂਰੀ 9,000 ਦੀ ਨਹੀਂ ਜੀ ਨਾ 12 ਲੱਗ ਗਿਆ ਮੈਂ 14 ਕੱਟ ਦਿੰਦਾ ਨਾ ਉਹ ਗੱਲਾਂ ਛੱਡ ਨਹੀਂ ਮੈਂ ਦੇਣੀ ਨਹੀਂ ਰਾਜੂ ਕੋਈ ਇਹਦੇ ਗੁੱਸਾ ਨਹੀਂ ਮੈਂ ਤੇਰੇ ਨਾਲ ਗੁੱਸਾ ਕਰੂੰ ਸਰਪੰਚ ਤੂੰ ਕਰੀ ਜਾ ਸੱਚ ਕਰ ਨਹੀਂ ਕਰਦਾ ਸੱਚ ਹੈ ਕਮਾਲ ਹੈ ਸਿਆਣਾ ਬੰਦਾ ਤੇਰੇ ਤੇ ਮੈਂ ਕਰ ਲਿਆ ਯਕੀਨ ਹਾਂ ਜਿਹੜੀ ਕਹਿਤੀ ਉਹ ਤੂੰ ਘੱਟ ਕਹੀਂ ਨਾ ਬਹੁਤੀਆਂ ਗੱਲਾਂ ਨੀ ਮੈਂ ਕਰਦਾ ਵੀਡੀਓ ਵੱਡੀ ਨਾ ਹੋ ਜੇ ਬਸ ਫਿਰ ਤੇਰੀ ਗੱਲ ਮੈਂ ਸੁਣ ਲਈ ਹਾਂ ਸੁਣ ਲਈ 10 ਦੀ ਦੇਵੇਂਗਾ 11 ਦੀ ਦੇਵੇਂਗਾ ਤੂੰ ਕਹਿੰਦੇ 12 ਲੱਗ ਗਿਆ ਅਸੀਂ ਭੁਗਦੇ ਰਹਿਣੇ ਨੇ ਤੁਸੀਂ ਲਾਓ 8 ਠੀਕ ਹੈ ਮੈਂ ਉਹ ਤੂੰ ਘੱਟ ਦੇਣੀ ਨਹੀਂ ਇਮਾਨਦਾਰੀ ਬਾਰ ਬਾਰ ਲੱਗ ਗਿਆ ਕਮਾਲ ਹੈ ਕਹਿੰਦੇ ਦਿੱਤੀ ਕਿਉਂ ਨਹੀਂ ਉਹਰੇ ਗੱਲ ਤਾਂ ਸੁਣ ਮੁੱਲ ਪੂਰਾ ਲੱਗ ਗਿਆ ਆ ਖੜੀਆਂ 5 ਮੈਨੂੰ ਐ ਮਾਣ ਹੈ ਵੀ ਸਾਰੀਆਂ 16 ਦੀਆਂ ਵਿਕ ਜਾਣ ਤਾਂ ਨਹੀਂ ਵੇਚੀ ਆ ਦੇਖ ਲੈ ਚੀਜ਼ ਤਾਂ ਦੇਖ ਲੈ ਪਹਿਲਾਂ ਕੋਈ ਨੁਕਸ ਤਾਂ ਕੱਢ ਦੇ ਬਾਕੀ ਤੂੰ ਤਾਂ ਕਾਰੋਬਾਰ ਨਹੀਂ ਹੈ ਮਿੱਠੂ ਖੜਾ ਮੈਂ ਤਾਂ ਹੁਣ ਸੂਰਜ ਨੂੰ ਦੀਵਾ ਦਿਖਾਵਾਂ ਕੋਈ ਬਾਹਲੀ ਉਸ ਵਾਲੀ ਗੱਲ ਤਾਂ ਹੈ ਨਹੀਂ ਠੀਕ ਹੈ ਨਾ ਅੜ ਗਿਆ ਮਸਲਾ ਕਰਦਿਆਂ ਗੇਰ ਕਰਦਿਆਂ ਥੋੜਾ ਜਿਹਾ ਤੂੰ ਨਹੀਂ ਅੜਦਾ ਨਹੀਂ ਇਹਨਾਂ ਨੇ ਉਹ ਖੜੇ ਆ ਵੀ ਦੇਖ ਲਓ ਨਹੀਂ ਸਹੀ ਆ ਬਾਈ ਲੈ ਇਮਾਨਦਾਰੀ ਆ ਤੇਰੀ ਸੁਣ ਬਾਈ ਚੁੱਪ ਵੀਰੇ ਅਸੀਂ ਆਪੇ ਝਗੜ ਲਾਂਗੇ 2 ਮਿੰਟ ਤੂੰ ਤਮਾਸ਼ਾ ਦੇਖ ਗੁੱਸਾ ਨਾ ਕਰੀ ਮਰ ਜਾ ਵਿਚਾਰੇ ਨਾ ਬੋਲੀ ਮੈਂ ਤਾਂ ਤੈਨੂੰ ਵੇਖਣੀ ਆਇਆ ਅੱਜ ਸਪੈਸ਼ਲ ਵੇਖ ਲੈ ਫਿਰ ਫੋਨ ਲੈ ਕੇ ਹੋਰ ਆਉਣਾ ਜੀ ਹਾਂ ਕਿਹਨੀ ਸੁਰਤੀ ਪੱਟੀ ਜਾਂਦੀ ਏ
ਚੱਕ ਤੇਰੀ ਇਮਾਨਦਾਰੀ ਤੇ ਤੂੰ ਕਹਿੰਦੇ 12,000 ਲੱਗ ਲਿਆ ਜਾਂ 12 ਦੀ ਉਹਦੇ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਦਿਓ ਉਹੋ ਜਿਹੇ ਬਾਬੇ ਨਾਲ ਆਪਾਂ ਇਹ ਹੀ ਮੰਨਦੇ ਹਾਂ 500 ਤੁਹਾਡਾ ਮਾਣ ਹੈ 14 ਚੋਂ 1,400 ਰਾਜੂ ਤੈਨੂੰ ਇੱਕੋ ਗੱਲ ਦੱਸਤੀ ਮੈਂ ਜਿਰੇ ਨਹੀਂ ਕਰਦਾ ਤੂੰ ਭਰਾ ਹੈ ਮੈਂ ਤਾਂ ਕਰੂੰਗਾ ਨਹੀਂ ਤੂੰ ਤਾਂ ਕਰ ਅੱਗੇ ਕਿੰਨੇ ਸੌਦੇ ਹੋਏ ਕਿਤੇ ਜਿਰੇ ਕਰੀ ਸਾਡਾ ਕੰਮ ਹੈ ਜੁਰਾ ਕਰਨ ਦਾ ਤੇਰਾ ਹੱਕ ਬਣਦਾ ਪਰ ਤੈਨੂੰ ਪਤਾ ਹੁਣ ਵੀ ਜਿੱਥੇ ਹੋਣਾ ਮੁੰਡਾ ਕੁੜੀ ਸਾਰਾ ਕੁਝ ਓਕੇ ਹੈ ਸਮਝ ਗਿਆ ਮੁੰਡਾ ਕੁੜੀ ਹੋ ਜੂਗੀ ਕੋਈ ਨਹੀਂ ਕੋਈ ਨਾ ਤੈਨੂੰ ਜੋੜੇ ਪੋਤੇ ਦੇ ਦਾਂਗੇ ਬਸ ਮੁੱਠੀ ਮੀਚ ਲੈ 13,000 ਦੀ ਖੋਲ ਚਲ ਕੋਈ ਹਾਂ ਦੇ ਤੇ ਜੋੜੇ ਪੋਤੇ ਖਵਾ ਤੇ ਗੰਗਾ ਚ ਗੋਤੇ ਜਿਉਂਦੇ ਰਹਿਣ ਤੇਰੇ ਪੋਤੇ ਕੋਈ ਨਹੀਂ ਖੜੀ ਰਹਿਣ ਦੇ ਤਾਂ ਨਹੀਂ ਬਾਬਾ ਪਸੰਦ ਕਰ ਫੇਰ ਨਾ ਦੋ ਦਿਨ ਹਜੇ ਦਾ ਧੀ ਘਰੇ ਆ ਬਾਪ ਦੇ ਨਾ ਨਾ ਕੋਈ ਗੱਲ ਨਹੀਂ ਘਰੇ ਆ ਕੱਲ ਨੂੰ ਵਿਆਹ ਵਰ ਕੇ ਛੱਡਦੀ ਮੈਂ ਕੀ ਕਰੂੰਗਾ ਬਾਬਾ ਕੋਈ ਚੱਕਰ ਨਹੀਂ ਤੋਰ ਕੇ ਦਿਖਾਵਾਂ ਹਾਂ ਤੋਰ ਕੇ ਦਿਖਾ ਦਿਓ ਬਾਬਾ ਤੋਰ ਕੇ ਦਿਖਾ ਭਰੇ ਛੋਟੇ ਭਾਈ ਉਰੀ ਆ ਜਾਣਾ ਮੈਂ ਇੱਥੇ ਖੜ ਜੂ ਲੈ ਲੈ ਜਾ ਕੋਈ ਚੱਕਰ ਨਹੀਂ ਨਾ ਕੋਈ ਡਿੱਕੇ ਨਹੀਂ ਯਾਰ ਜੇ ਗਲਤ ਹੁੰਦੀ ਆਪਾਂ ਬਾਬਿਆਂ ਨੂੰ ਪੱਟ ਦਿੰਦੇ ਨਹੀਂ ਸੀ ਹਾਂ ਕੋਈ ਥਾਣਾ ਤੋਂ ਕੋਈ ਹੋਰ ਆਪਾਂ ਦਿੰਦੇ ਨਹੀਂ ਪੂਰੀ ਆ ਗਈ ਕੁੜੀਏ ਭਾਈ ਠੀਕ ਹੈ ਹੈ ਦੇਖ ਮੈਂ ਗਈ ਆ ਤਾਂ ਦੱਸ ਦੇ ਹਾਂ ਫਿਰ ਤਾਂ ਸਾਡੇ ਕੋਲੇ ਆ ਭਾਈ ਦੇਖ ਗੱਲ ਸੁਣ ਰੱਬ ਵਿਚਾਰੇ ਸਮਾਨ ਹੈ 2 ਮਿੰਟ ਮੇਰਾ ਕੋਈ ਸਿਖਾਇਆ ਨਹੀਂ ਹੋਇਆ ਕੋਈ ਜ਼ਰੂਰੀ ਉਰੋਂ ਲੈਣੀ ਨਹੀਂ ਤੀ ਮੈਂ ਤਾਂ ਮੇਲਾ ਸਹੀ ਗੱਲ ਹੈ ਜੀ ਕਹਿੰਦਾ ਇਹ ਬਾਬੇ ਦਾ ਥੜਾ ਇੱਕ ਬਾਗਿਆ ਦੂਜਾ ਖੜਾ ਮੇਰੇ ਕੁਛ ਨਹੀਂ ਮੈਂ ਅਨਪੜ੍ਹਾਂ ਮੇਰੀਆਂ ਗੱਲਾਂ 'ਚ ਸਵਾਦ ਹੈ ਤੇ ਬਾਈ ਮੈਂ ਜਿੱਥੇ ਸਿੰਨੀ ਦੀ ਨਾ ਗੋਲੀ ਉੱਥੇ ਲੱਗੀ ਆ ਜਾ ਕੇ ਮੇਰੇ ਚੰਗੇ ਥਾਂ ਤੇ ਲੱਗਣ ਅਸੀਂ ਤਾਂ ਇੱਕ ਸਮਝੀ ਸੀ ਧੁਨੀ ਚ ਮਾਰ ਗਿਆ ਗੋਲੀ ਛੱਡ ਓਏ ਚੱਲ ਹੁਣ ਤਾਂ ਹੋ ਗਿਆ ਕਰਦੇ ਸੀ ਇਹਨਾਂ ਲੋਕਾਂ ਦੀ ਮੈਂ ਇਹਨਾਂ ਲੋਕਾਂ ਦੇ ਤਾਰਿਆ ਹੋਇਆ ਮੇਰੇ ਪੱਲੇ ਕੀ ਹੈ ਮਨੋਰੰਜਨ ਬੜਾ ਵਧੀਆ ਹੁੰਦਾ ਜੀ ਕੀ ਹੋ ਗਿਆ ਨਾ ਬਾਈ ਗੌਰ ਨਾ ਹੋਏ ਕਿਹੜਾ ਪਿੰਡਾ ਸਰਪੰਚ ਸਾਹਿਬ ਆਪਣਾ ਗੁਰਜਿੱਤ ਲਮਾਈ ਠੀਕ ਹੈ ਜੀ ਤੁਹਾਡੇ ਨਾਲ ਕੋਈ ਧੋਖਾ ਨਹੀਂ ਉਸ ਤਰ੍ਹਾਂ ਲਓ ਮਹਾਰਾਜ ਜੀ ਲਿਆਓ ਜੀ ਬੰਦੇ ਦੀ ਇਮਾਨਦਾਰੀ ਦੇਖੋ ਤੇ ਸਾਡੀ ਦੇਖੋ 13,000 ਜੇ ਤੁਸੀਂ ਮੰਤ ਲੋਕ ਹੋ ਤੁਹਾਨੂੰ ਮੈਂ ਲਟਾ ਕੇ ਨਹੀਂ 13 ਚ ਹੋਇਆ ਜੀ ਤੁਸੀਂ ਦੇਤਾ 13.5 ਦੇ ਹਿਸਾਬ ਨਾਲ ਪਰ ਨਾ ਧੋਖਾ ਰੱਬ ਨਾ ਕਰਾਵੇ ਇਹ ਵੀ ਹਾਜਮੇ ਦਾ ਖਾਂਦਾ ਤੇ ਅਸੀਂ ਆ ਤੁਹਾਡੇ ਸੁਣ ਕੀ ਹੋ ਜੂਗਾ ਹਾਂ ਹਾਂ ਠੀਕ ਹੈ ਪੂਰੀ ਖੜੀ ਰਹਿੰਦੇ ਕੋਈ ਵੀ ਖੜੀ ਆ ਲਖਿਆ ਹੀ ਕਾ ਦਿਓ ਇਹ ਸਰਪੰਚ ਦੇ ਆ ਫੀਟਰ ਲਵੇ ਖੜੀ ਆ ਕੋਈ ਨਹੀਂ ਉਧਰੇ ਬੱਕਰਾ ਇੱਕ ਇਧਰੇ ਬੱਕਰੀ ਕੋਈ ਹੋਰ ਲੈ ਲਓ ਆ ਜੋ ਲਖਿਆ ਆ ਮਗਰ ਕੋਈ ਨਹੀਂ ਲੈ ਲਓ ਬੱਕਰੀ ਫਿਰ